ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਇਹਨਾਂ ਮੁਲਕਾਂ 'ਚ ਜਾ ਕੇ ਤੁਸੀਂ ਵੀ ਹੋ ਸਕਦੇ ਹੋ ਅਮੀਰ। ਇੰਡੀਆ ਦਾ 1 ਰੁਪਇਆ ਚੱਲਦਾ ਇੱਥੇ 100 ਵਿੱਚ। ਵੀਡੀਓ ਨੂੰ ਅੰਤ ਤੱਕ ਦੇਖਿਓ ਦੋਸਤੋ, ਤੁਹਾਨੂੰ ਵੀ ਅਸੀਂ ਅਮੀਰ ਕਰ ਦਾਂਗੇ। ਸੋ ਵੀਡੀਓ ਨੂੰ ਕਰ ਦਿਉ ਲਾਈਕ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਭਾਰਤ ਦਾ 1 ਰੁਪਇਆ 100 ਦੇ ਵਿੱਚ ਚੱਲਦਾ ਹੈ। ਭਾਰਤ ਦੇ 1 ਰੁਪਏ ਦੀ ਕੀਮਤ ਕਈ ਦੇਸ਼ਾਂ ਦੇ ਵਿੱਚ 100 ਰੁਪਏ ਦੇ ਬਰਾਬਰ ਆ। ਈਰਾਨ ਦੇ ਵਿੱਚ ਭਾਰਤ ਦੇ 1 ਰੁਪਏ ਦੀ ਕੀਮਤ 592.73 ਰੁਪਏ ਹੈ। ਈਰਾਨ ਦੀ ਕਰੰਸੀ ਰਿਆਲ ਹੈ ਅਤੇ ਅੱਜ ਦੇ ਸਮੇਂ ਵਿੱਚ ਰਿਆਲ ਦੁਨੀਆ ਦੀ ਸਭ ਤੋਂ ਖਰਾਬ ਮੁਦਰਾ ਬਣ ਗਿਆ ਹੈ। ਈਰਾਨ ਦੀ ਮੁਦਰਾ ਪੂਰੀ ਦੁਨੀਆ ਵਿੱਚ ਸਭ ਤੋਂ ਕਮਜ਼ੋਰ ਮੁਦਰਾ ਵਿੱਚ ਪਹਿਲੇ ਨੰਬਰ 'ਤੇ ਹੈ। ਇਸੇ ਤਰ੍ਹਾਂ ਹੀ ਦੂਸਰੇ ਨੰਬਰ 'ਤੇ ਵੀਅਤਨਾਮ ਦੀ ਕਰੰਸੀ ਕਮਜ਼ੋਰ ਹੈ। ਭਾਰਤ ਦਾ 1 ਰੁਪਈਆ ਉੱਥੇ 310 ਰੁਪਏ ਦੇ ਵਿੱਚ, ਯਾਨੀ ਕਿ ਵੀਅਤਨਾਮੀ ਡੋਂਗ ਦੇ ਬਰਾਬਰ ਹੋ ਜਾਂਦਾ। ਸੋ ਦੋਸਤੋ, 1 ਰੁਪਏ ਦੇ 310 ਰੁਪਏ, ਜਿੱਥੇ ਡੋਂਗ ਕਰੰਸੀ ਚੱਲਦੀ ਆ, ਇਹ ਦੁਨੀਆ ਦੀ ਸਭ ਤੋਂ ਖਰਾਬ ਕਰੰਸੀਆਂ ਦੇ ਵਿੱਚ ਦੂਜੇ ਨੰਬਰ 'ਤੇ ਸ਼ਾਮਿਲ ਹੈ। ਇਸੇ ਤਰ੍ਹਾਂ ਹੀ ਇੰਡੋਨੇਸ਼ੀਆ ਦੀ ਕਰੰਸੀ ਤੀਸਰੇ ਨੰਬਰ 'ਤੇ ਆਉਂਦੀ ਹੈ ਅਤੇ ਭਾਰਤ ਦਾ 1 ਰੁਪਇਆ ਇੰਡੋਨੇਸ਼ੀਆ ਦੇ ਵਿੱਚ 195 ਰੁਪਏ ਬਣ ਜਾਂਦਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦੇਸ਼ ਹਨ ਜਿੱਥੇ ਪੈਸੇ ਦਾ ਐਕਸਚੇਂਜ ਰੇਟ ਕਾਫੀ ਘੱਟ ਹੈ। ਇੰਡੋਨੇਸ਼ੀਆ ਦੀ ਮੁਦਰਾ ਕਾਫੀ ਕਮਜ਼ੋਰ ਹੋਣ ਦੇ ਕਾਰਨ ਇਹ ਦੇਸ਼ ਟੂਰਿਜ਼ਮ ਲਈ ਇੱਕ ਚੰਗਾ ਬਦਲ ਬਣ ਗਿਆ ਹੈ। ਭਾਰਤ ਦੇ ਬਹੁਤ ਸਾਰੇ ਲੋਕ ਇੰਡੋਨੇਸ਼ੀਆ ਵਿੱਚ ਛੁੱਟੀਆਂ ਬਿਤਾਉਣ ਜਾਂਦੇ ਹਨ। ਕੌਮੀ ਕਰੰਸੀ ਨੂੰ ਮਜ਼ਬੂਤ ਕਰਨ ਦੇ ਲਈ ਦੇਸ਼ ਦੀ ਰੈਗੂਲੇਟਰੀ ਅਥਾਰਟੀ ਸਾਰੇ ਉਪਾਅ ਕਰ ਰਹੀ ਹੈ। ਅਜਿਹੇ ਦੇਸ਼ਾਂ ਦੀ ਕਰੰਸੀ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਭਾਰਤ ਦਾ 1 ਰੁਪਇਆ ਕਾਫੀ ਅਹਿਮੀਅਤ ਰੱਖਦਾ ਹੈ। ਸੋ ਦੋਸਤੋ, 592 ਰੁਪਏ ਦੇ ਬਰਾਬਰ ਆ ਈਰਾਨ ਦੇ ਵਿੱਚ ਜਾ ਕੇ, ਅਤੇ 310 ਰੁਪਏ ਦੇ ਬਰਾਬਰ ਆ ਵੀਅਤਨਾਮ 'ਚ ਜਾ ਕੇ, ਅਤੇ 195 ਰੁਪਏ ਦੇ ਬਰਾਬਰ ਆ